ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਮਹਾਨ ਗੁਰਸਿੱਖ ਦੇ ਰੂਪ ਦੇ ਵਿੱਚ ਉਭਾਰਿਆ ਜਾ ਰਿਹਾ ਹੈ। ਜੇਕਰ ਅਸੀਂ ਇਹਨਾਂ ਗੱਲਾਂ ਦੇ ਉੱਪਰ ਕੇਂਦਰਿਤ ਹੋ ਕੇ ਅਜੇ ਵੀ ਨਾ ਤੁਰੇ ਤਾਂ ਗੁਰੂ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹੀ ਕਹਿਣਾ ਪਵੇਗਾ, ਵੋ ਵਕਤ ਵੀ ਦੇਖੇ ਹੈ, ਤਾਰੀਖ ਕੀ ਰਾਹੋਂ ਨੇ, ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ। ਔਰ ਗੁਰੂ ਸਾਰਿਓ ਅਨੇਕਾਂ ਸਰੋਤਾਂ ਦੇ ਵਿੱਚ ਚੰਦੂ ਦਾ ਜ਼ਿਕਰ ਮੌਜੂਦ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸਨੇ ਗੁਰੂ ਸਾਹਿਬ ਨੂੰ ਤਸੀਹੇ ਦੇਣ ਦੇ ਵਿੱਚ ਵੀ ਆਪਣੀ ਭੂਮਿਕਾ ਨਿਭਾਈ। ਗੁਰੂ ਸਾਹਿਬ ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਆਪਣੇ ਇਤਿਹਾਸ ਤੋਂ ਦੂਰ ਜਾਂਦੇ ਆ ਰਹੇ ਹਾਂ, ਦੂਰ ਹੁੰਦੇ ਜਾ ਰਹੇ ਹਾਂ, ਪਰ ਜੇਕਰ ਅਸੀਂ ਇਤਿਹਾਸ ਦੇ ਸਰੋਤਾਂ ਦਾ ਅਧਿਐਨ ਕਰੀਏ ਤਾਂ ਐਨੂਅਲ ਰਿਲੇਸ਼ਨ ਇੱਕ ਕਿਤਾਬ ਜਿਹੜੀ 1609 ਦੇ ਵਿੱਚ ਲਿਖੀ ਗਈ ਹੈ, ਉਸਦੇ ਦੂਸਰੇ ਐਡੀਸ਼ਨ ਦੇ ਪੰਨਾ 366 ਦੇ ਉੱਪਰ ਇੱਕ ਪੁਰਤਗਾਲ ਦਾ ਪਾਦਰੀ ਜਿਹੜਾ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਿੰਦੁਸਤਾਨ ਦੇ ਵਿੱਚ ਆਇਆ ਹੈ, ਉਹ ਉਸ ਸਮੇਂ ਲਾਹੌਰ ਠਹਿਰਿਆ ਹੈ। ਲਿਸਬਨ ਵਿਖੇ ਪ੍ਰਕਾਸ਼ਿਤ ਹੋਈ ਇਸ ਕਿਤਾਬ ਦੇ ਵਿੱਚ ਇਹ ਫਾਦਰ ਫਰਦੀਨੰਦ ਗੋਰੈਰੋ ਨਾਂ ਦਾ ਇਹ ਲੇਖਕ ਲਿਖਦਾ ਹੈ ਕਿ ਜਦੋਂ ਬਾਦਸ਼ਾਹ ਜਹਾਂਗੀਰ ਨੇ ਸ਼ਾਹਜ਼ਾਦਾ ਖੁਸਰੋ ਨੂੰ ਫੜ ਲਿਆ ਤਾਂ ਉਸ ਨੇ ਗੁਰੂ ਨੂੰ ਬੁਲਾ ਕੇ ਇੱਕ ਅਮੀਰ ਮੂਰਤੀ ਪੂਜਦੇ ਹਵਾਲੇ ਕਰ ਦਿੱਤਾ ਜਿਹੜਾ ਉਹਨਾਂ ਨੂੰ ਨਿੱਤ ਨਵੇਂ ਕਸ਼ਟ ਦਿੰਦਾ। ਇਸ ਤਰ੍ਹਾਂ ਸਿੱਖਾਂ ਦਾ ਉਹ ਨੇਕ ਪੋਪ ਗੁਰੂ ਅਰਜਨ ਦੁੱਖ ਤਸੀਹੇ ਅਤੇ ਨਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ। ਇੱਕ ਅੰਗਰੇਜ਼ ਪਾਦਰੀ ਲਿਖਦਾ ਜਿਸਨੇ ਉਸ ਮੌਕੇ ਨੂੰ ਦੇਖਿਆ ਕਿ ਗੁਰੂ ਪਾਤਸ਼ਾਹ ਨੂੰ ਇੱਕ ਅਮੀਰ ਮੂਰਤੀ ਪੂਜਦੇ ਹਵਾਲੇ ਕਰ ਦਿੱਤਾ ਗਿਆ, ਉਹ ਅਮੀਰ ਮੂਰਤੀ ਪੂਜ ਚੰਦੂ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਦੀ ਸ਼ਹਾਦਤ ਹੋ ਗਈ। ਸ਼ਹਾਦਤ ਤੋਂ ਬਾਅਦ ਸ਼ੇਖ ਅਹਿਮਦ ਸਰਹੰਦੀ ਨੇ ਆਪਣੇ ਚੇਲੇ ਸ਼ੇਖ ਫਰੀਦ ਬੁਖਾਰੀ ਨੂੰ ਚਿੱਠੀ ਲਿਖੀ ਹੈ ਕਿ ਬੜਾ ਚੰਗਾ ਸ਼ਗਨ ਹੋਇਆ ਕਿ ਅੱਜ ਇੱਕ ਕਾਫਰ ਦਾ ਸਿਰ ਜਿਹੜਾ ਕਲਮ ਕਰ ਦਿੱਤਾ ਗਿਆ। ਇਸਲਾਮ ਨੇ ਖੁਸ਼ੀਆਂ ਮਨਾਈਆਂ ਨੇ ਕਿ ਉਸ ਧਰਮ ਦੇ ਰਹਿਬਰ ਨੂੰ, ਉਸ ਧਰਮ ਦੇ ਗੁਰੂ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਸ ਗੁਰੂ ਦਾ ਆਤਮਿਕ ਓਜ ਇੰਨਾ ਬਲਵਾਨ ਸੀ ਕਿ ਹਿੰਦੁਸਤਾਨ ਦੀ ਰਾਜਨੀਤੀ ਨੂੰ ਖਤਰਾ ਪੈਦਾ ਹੋ ਰਿਹਾ ਸੀ। ਔਰ ਉਸ ਗੁਰੂ ਸਾਹਿਬਾਨ ਦੇ ਬਾਰੇ ਗੁਰੂ ਸਾਰਿਓ ਅੱਜ ਸਾਡੀਆਂ ਹੀ ਧਾਰਮਿਕ ਸਟੇਜਾਂ ਦੇ ਉੱਪਰ ਆ ਕੇ ਇਹ RSS ਦੇ ਲੋਕ ਜਿੱਥੇ ਚੰਦੂ ਨੂੰ ਦੋਸ਼ ਮੁਕਤ ਕਰ ਰਹੇ ਨੇ, ਉੱਥੇ ਨਾਲ ਹੀ ਜੋ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾ ਰਿਹਾ ਹੈ ਕਿ ਚੰਦੂ ਇੱਕ ਮਹਾਨ ਗੁਰਸਿੱਖ ਸੀ। ਗੁਰੂ ਸਾਰਿਓ ਜੇਕਰ ਅਸੀਂ ਇਤਿਹਾਸ ਦਾ ਅਧਿਐਨ ਨਾ ਕੀਤਾ ਤਾਂ ਇਸ ਦੇ ਨਤੀਜੇ ਬੜੇ ਮਾੜੇ ਨਿਕਲਣਗੇ, ਕਿਉਂਕਿ ਜਿਸ ਰੂਪ ਦੇ ਵਿੱਚ, ਜਿਸ ਤਰੀਕੇ ਦੇ ਨਾਲ ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ, ਗੁਰੂ ਸਾਰਿਓ ਉਹ ਬੜਾ ਭਿਆਨਕ ਹੈ। ਔਰ ਇਤਿਹਾਸ ਤੋਂ ਬਿਨਾਂ ਕੌਮਾਂ, ਪਰ ਜਿਨ੍ਹਾਂ ਕੌਮਾਂ ਦੇ ਕੋਲ ਇਤਿਹਾਸ ਨਹੀਂ ਹੁੰਦਾ ਉਹਨਾਂ ਕੌਮਾਂ ਦੇ ਕੋਲ ਕੋਈ ਖਜ਼ਾਨਾ ਨਹੀਂ ਹੁੰਦਾ। ਮੈਂ ਸ਼ੇਰ ਤੋਂ ਗੱਲ ਸ਼ੁਰੂ ਕੀਤੀ ਸੀ ਕਿ ਇਫ ਦਾ ਲਾਇਨ ਹੈਵ ਨੋ ਹਿਸਟੋਰੀਅਨਸ ਦਾ ਹਿਸਟਰੀ ਆਫ ਹੰਟ ਗਲੋਰੀਫਾਈ ਦਾ ਹੰਟਰ। ਜੇਕਰ ਸ਼ੇਰਾਂ ਨੇ ਆਪਣਾ ਇਤਿਹਾਸ ਨਾ ਲਿਖਿਆ ਤਾਂ ਗੁਰੂ ਸਾਰਿਓ ਸ਼ਿਕਾਰੀ ਜਿਹੜਾ ਵੀ ਇਤਿਹਾਸ ਲਿਖੇਗਾ ਉਸ ਦੇ ਵਿੱਚ ਸ਼ੇਰ ਦੀ ਬਹਾਦਰੀ ਦੀ ਗੱਲ ਨਹੀਂ ਆਵੇਗੀ। ਸ਼ਿਕਾਰੀ ਆਪਣੀ ਬਹਾਦਰੀ ਦੀ ਗੱਲ ਕਰੇਗਾ, ਸ਼ਿਕਾਰੀ ਆਪਣੀਆਂ ਨੀਤੀਆਂ ਦੀ ਗੱਲ ਕਰੇਗਾ, ਸ਼ਿਕਾਰੀ ਆਪਣੇ ਆਪ ਇਤਿਹਾਸ ਦੀ ਰਚਨਾ ਕਰੇਗਾ, ਪਰ ਜੇਕਰ ਸ਼ੇਰਾਂ ਨੇ ਆਪਣੇ ਇਤਿਹਾਸ ਨੂੰ ਨਾ ਸਾਂਭਿਆ ਤਾਂ ਇਤਿਹਾਸ ਦੇ ਵਿੱਚ ਖਤਮ ਹੋ ਜਾਣਗੇ। ਇੱਕ ਇਤਿਹਾਸਕ ਵਾਰਤਾ ਸਮਾਪਤੀ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦਾ। ਅਹਿਮਦ ਸ਼ਾਹ ਅਬਦਾਲੀ ਅਨੇਕਾਂ ਵਾਰ ਸਿੱਖਾਂ ਤੋਂ ਹਾਰ ਖਾ ਕੇ ਗਿਆ, ਬਾਰ ਬਾਰ ਹਾਰ ਖਾ ਕੇ ਤੰਗ ਹੋ ਕੇ ਇੰਨੀ ਵਾਰ ਸਿੱਖਾਂ ਨੇ ਉਸਦਾ ਮੂੰਹ ਮੋੜਿਆ, ਅਖੀਰ ਆਪਣੇ ਸ਼ਾਹੀ ਏਲਚੀ ਨੂੰ ਸਿੱਖਾਂ ਦੇ ਕੋਲ ਭੇਜਿਆ। 18ਵੀਂ ਸਦੀ ਦਾ ਸਮਾਂ, ਸਿੱਖ ਜਰਨੈਲ ਬੈਠੇ ਨੇ, ਸ਼ਾਹੀ ਏਲਚੀ ਸੁਨੇਹਾ ਲੈ ਕੇ ਆਇਆ। ਉਸਨੇ ਸਰਦਾਰ ਜੱਸਾ ਸਿੰਘ ਆਲੂਆ ਆਲੂਵਾਲੀਆ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਚੜ੍ਹ ਸਿੰਘ ਵਰਗੇ ਸਰਦਾਰ ਬੈਠੇ ਨੇ। ਆ ਕੇ ਬੇਨਤੀ ਕੀਤੀ ਹੈ ਕਿ ਮੈਂ ਅਹਿਮਦ ਸ਼ਾਹ ਅਬਦਾਲੀ ਦਾ ਏਲਚੀ ਹਾਂ, ਮੈਂ ਸ਼ਾਹੀ ਨਜ਼ਰਾਨੇ ਲੈ ਕੇ ਆਇਆ, ਉਸਦਾ ਸੁਨੇਹਾ ਲੈ ਕੇ ਆਇਆ ਕਿ ਜੇਕਰ ਤੁਸੀਂ ਥੋੜ੍ਹਾ ਜਿਹਾ ਨਜ਼ਰਾਨੇ ਵਜੋਂ ਜੋ ਵੀ ਤੁਹਾਡੇ ਕੋਲ ਹੋਵੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਏਸ਼ੀਆ ਦਾ ਰਾਜਾ ਮੰਨ ਕੇ ਤੁਸੀਂ ਪੰਜਾਬ ਦੇ ਖਿੱਤੇ ਦਾ ਥੋੜ੍ਹਾ ਜਿਹਾ ਕਰ ਭੇਟ ਕਰੋ, ਥੋੜ੍ਹਾ ਜਿਹਾ ਨਜ਼ਰਾਨਾ ਦੇ ਦਿਆ ਕਰੋ, ਚਾਹੇ ਕੁਛ ਮੱਕੀ ਚਾਵਲ ਕਣਕ ਹੀ ਦੇ ਦਿਆ ਕਰੋ, ਤਾਂ ਤੁਸੀਂ ਇਸ ਖਿੱਤੇ ਦੇ ਵਿੱਚ ਰਾਜ ਕਰ ਸਕਦੇ ਹੋ। ਸਿੱਖਾਂ ਦਾ ਜਵਾਬ ਕੀ ਹੈ? ਸਿੱਖ ਜਰਨੈਲਾਂ ਨੇ ਜਵਾਬ ਦਿੱਤਾ ਹੈ ਕਿ ਸਾਡੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਕੋਈ ਸੰਧੀ ਨਹੀਂ ਹੋ ਸਕਦੀ, ਅਸੀਂ ਧਰਮ ਲਈ ਜੂਝਣ ਵਾਲੇ ਲੋਕ ਹਾਂ, ਉਹ ਇੱਕ ਲੁਟੇਰਾ ਹੈ। ਦੂਸਰੀ ਗੱਲ, ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਸੰਧੀ ਕਰ ਲਈਏ ਔਰ ਸੁਲਾਹਨਾਮੇ ਦੇ ਉੱਪਰ ਦੋਵੇਂ ਤਰ੍ਹਾਂ ਦਸਖਤ ਕਰ ਦੇਣ ਕਿ ਇੱਕ ਦੂਸਰੇ ਦਾ ਨੁਕਸਾਨ ਨਹੀਂ ਕਰਾਂਗੇ, ਅਸੀਂ ਇਹ ਸੰਧੀ ਮੈਦਾਨੇ ਜੰਗ 'ਚ ਕਰਾਂਗੇ। ਸੋਹਣ ਸਿੰਘ ਸੀਤਲ ਨੇ ਬੜਾ ਸੁੰਦਰ ਵਿਖਿਆਨ ਕੀਤਾ ਕਿ ਜੋ ਸਿੱਖਾਂ ਨੇ ਜਵਾਬ ਦਿੱਤਾ ਹੈ ਉਸ ਅਹਿਮਦ ਸ਼ਾਹ ਅਬਦਾਲੀ ਦੇ ਏਲਚੀ ਨੂੰ, ਉਸ ਨੂੰ ਕਿਹਾ ਹੈ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ
शर्तां लिखांगे रत नाल गल बन्ने ला के असीं अपने खून दे नाल मैदाने जंग दे विच तेग दी नोक दे नाल शर्तां लिखांगे। गल मुकेगी उत्थे खैबर कोल जाके असीं दराए खैबर ते कब्जा करके फिर गल नूं खत्म करांगे। शाह नजराने साथों भालदा इउं ईन मना के तुहाडा राजा साढ़े को नजराने भालदा कि असीं उसकी अधीनगी स्वीकार कर लीए पर शेर ना जिउंदे सीतला नक नत्थ पवा के पर नक च नत्थ पवा के कदी शेर नहीं जिउंदे। सो गुरु सारिओ इस तरह के नाल जेकर असी अपने इतिहास को ना संभिया तो बादल दलिया वर्गे शेर बन गए जिन्हां दे नाल नाल सिंह ते लगता है पर नक दे विच बीजेपी की नत्थ पाई हुई है अपने इतिहास में अपन रवायतों को संभाल नहीं सकेंगे। और जोड़े लोग अज चंदू दोष मुक्त गल की कर गल की गल करते हैं जोड़े लोग इतिहास स्रोतों की रद्दों बदल कर रहे हैं गुरु सारिओ मैं एक सवाल इन्हों पूछना चाहता है कि जेकर चंदू दोषी नहीं सी तो जहांगीर ने उस गुरु के हवाले क्यों किया। एक गल वक्री है कि सिखा ने उसनों सज़ा भी दी है पर गुरु पातशाह के हुक्म से उसनों हरगोबिंद साहब पातशाह के हुक्म से माफ भी किया है। चंदू का लड़का करमचंद गुरु हरगोबिंद साहब के खिलाफ चढ़ाई करके आया है और वह मैदान जंग के गुरु हरगोबिंद साहब के हथों मारिया गया। सो गुरु सारिओ ये गुरु अर्जन साहब की शहादत के कुछ कारण सी कि वह कारण बड़े महान ने कि चंदू वर्गे मुखबर जड़े ने ब्राह्मणवादी वह गुरु की विचारधारा को खत्म करना चाहते हैं। शेख अहमद सरहंदी सिख धर्म की विचारधारा को खत्म करना चाहता है क्योंकि उसने अपने आप को मजद्दत ऐलान करना है। दूसरे पासे जहांगीर गुरु को इस्लाम के धर्म मंडल के लैके आना चाहता है। तीसरे पासे जिहड़े लिखारी लोग ने उन्हां दी रचना दर्जनी की गई वह गुरु के नाल ईरखा रखते हैं गुरु के घर के पृथ्वी चंद ईरखा कर रहा है। इन्ना कष्ट भरे समयां दे विच गुरु पातशाह का अपने आत्मिक बल नूं इन्ना उच्चा रखना और ऐसे गुरु ग्रंथ साहब की रचना कर देनी जिसनों परपोथी नूं परमेश्वर का थान कह के नवाज देना यह केवल तो केवल गुरु अर्जन देव पातशाह की करामात है जिन्हां दे बारे काल सहार ने लिखा है ते जन्मत गुरमत ब्रह्म पछाणियो। सो यह गुरु अर्जन साहब की शहादत के कुछ कारण और तुहाडे नाल मैं साझा किया है वख-वख तस्वीरां दे राही प्रोजैक्टर दे राही कि किस तरह के नाल साडे इतिहास में बिगाड़िया जा रहा है साडे इतिहास दीआं जिहड़ीआं शानामती रवायतां सी उन्हां नूं पैरां दे विच रोलिया जा रहा है पर गुरु सारिओ असीं मूक दर्शन बन के बैठते रहे हैं। अक्सर मैं काफ़ी समय तो RSS के उपर ही कि किस तरह के नाल ये जड़ियाँ हिंदू तवी अतवादी जथेबंदियां ने साडे इतिहास में साडियां परंपरावां बिगाड़ रही ने। यही कारण है कि जिथे मैं उन्हां दी नफरत का शिकार है कुछ अपने लोग भी उन्होंने जेडे चरखरीद ने इस तरह का वर्ताव निर्णा करते हैं। हर नवा सूरज नवी मुश्किल लैके आता है पर गुरु सारिओ मैनू माण है कि अपने भी खफा मुझसे हैं बैगाने भी ना खुश मैं जहरे हलाहल को कभी कह ना सका गंध। मैं जेड़ा गुरु की हजूरी दे विच आप दे नाल प्रण कीता सी कि जिन्ना चिर तक श्वास ने कोई पता नहीं है मत को जापे सह आवे कि ना आवे राम पर जिन्ना चिर श्वास ने उन्ना चिर तक ये पंथ विरोधियों के जोड़े हमले ने जोड़े बौद्धिक पद्धर के उपर साडे इतिहास में नुकसान करन दे जोड़े हमले ने उन्होंने नाल जूझता रहागा और गुरु पातशाह के हजूरी के प्रण करता है कि तुहाडियां असीसां नाल रही। तो इस तरह ही गुरु घर का कुकर बन के जो भी RS जां RSS जां इस दीआं होर जथेबंदियां जिहड़ियां सिख इतिहास में बिगाड़न की कोशिश कर रही उन्होंने खिलाफ लिख के बोल के इस संघर्ष को जारी रखांगा। तुहाडे भी चरणों के बेनती है गुरु सारिओ जिथे भी तुहानू नज़र आता है कि साडियां मर्यादा का सिख परंपरा का सिख इतिहास का घाट हो रहा है उत्थे गुरु सारिओ आपां जरूर कोई ना कोई सख्त रवैया अपनाइए क्योंकि इतिहास जिहड़ा है ये कौमां दी जिंद जान हुंदा है। जेकर इतिहास साडा शाना मत्ता इतिहास साडे शाना मत्ते इतिहास दे विच इसे तरह ही मिलावट हुंदी रही तो आने वाले बच्चों के कोल गुरु सारिओ साडा गौरवमई विरसा नहीं पहुँच सकेगा आने वाले बच्चों के शहादत की गल नहीं चलेगी। सो इस कौम के उस महान शहीद की जिहड़ी गल सी वो मैं तुहाडे नाल सांझी कीती है कि किस तरह गुरु पातशाह ने अपनी शहादत दे के इस समुची कौम दे विच शहादत का रंग भरिया है वह शहादत जिसके बारे से कह सकते हैं जे जान तो आनी जानी है इस जान की तो कोई बात नहीं जिस वजह से कोई मकतल में गया वो शान सलामत रहती है। वो ऐसी शान है कि मकतल दे विच मकतूल खुद जा रहा है कि उसनू कतल कर दिता जाए और वो जड़ी मकतल दे विच मकतूल का कतल है वो शहादत का रंग बन के कौम दे विच भरिया जा रहा है। ऐसा रंग भर दिता है लाल रंग तिसको लगा जिसके वंडभागा मैला कबू ना होवे न लागे दावगा। गुरु पातशाह ने मजीठी रंग की रंगत दी है
ਸਿੱਖ ਨੂੰ ਆਪਣੇ ਖੂਨ ਦੇ ਨਾਲ ਉਹ ਐਸਾ ਰੰਗ ਦਿੱਤਾ ਹੈ ਜਿਹੜਾ ਮੈਲਾ ਕਦੇ ਨਾ ਹੋਵੇ ਨਹਿਲਾਗੇ ਦਾਗਾ। ਪਰ ਗੁਰੂ ਸਾਹਿਬ ਜਿਨ੍ਹਾਂ ਦੇ ਕੋਲ ਕਸੁੰਬੜੇ ਦੇ ਰੰਗ ਦੀ ਚਮਕ ਹੈ, ਕੱਚਾ ਰੰਗ ਕਸੁੰਬੜਾ ਥੋੜ੍ਹਿਆਂ ਦਿਨ ਚਾਰ ਜੀਓ, ਅੱਜ ਅਸੀਂ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਤਰ੍ਹਾਂ ਦਾ ਵਰਤਾਅ ਕਰ ਰਹੇ ਹਾਂ ਜਿਵੇਂ ਕੋਈ ਕਬੂਤਰ ਦੇ ਸ਼ਰਨ ਦੇ ਵਿੱਚ ਬਾਜ ਬੈਠਾ ਹੋਵੇ। ਸੋ ਗੁਰੂ ਸਾਹਿਬ ਆਓ ਅਸੀਂ ਫਿਰ ਇੱਕ ਵਾਰੀ ਫਤਿਹ ਦੀ ਸਾਂਝ ਕਰੀਏ ਅਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਹਿ ਕੇ ਅਤੇ ਪ੍ਰਣ ਕਰੀਏ ਕਿ ਅਸੀਂ ਆਪਣੀ ਕੌਮ ਦੇ ਉੱਪਰ ਹੋ ਰਹੇ ਬੌਧਿਕ ਪੱਧਰ ਦੇ, ਮਾਨਸਿਕ ਪੱਧਰ ਦੇ, ਇਤਿਹਾਸਿਕ ਹਮਲਿਆਂ ਦੇ ਬਾਰੇ ਸੁਚੇਤ ਹੋ ਕੇ ਵੱਧ ਤੋਂ ਵੱਧ ਧਰਮ ਦੇ ਪ੍ਰਚਾਰ ਦੇ ਖੇਤਰ ਦੇ ਵਿੱਚ ਆਉਣਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।